हेल्थ प्लस प्रोग्राम ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਵਿਦਿਆ ਜਨਰਲ ਐਂਡ ਪਾਇਲ ਸੈਂਟਰ ਜੋ ਕਿ ਤਹਿਸੀਲ ਰੋਡ ਜਗਰਾਉਂ ਵਿਖੇ ਹੈ ਇੱਥੇ ਬਾਬਾ ਸੀਰ ਅਤੇ ਭਗੰਦਰ ਦਾ ਬਿਨਾਂ ਆਪਰੇਸ਼ਨ ਬਿਨਾਂ ਦਾਖਲ ਤੋਂ ਸਫਲ ਇਲਾਜ ਲੇਜ਼ਰ ਨਾਲ ਕੀਤਾ ਜਾਂਦਾ ਹੈ ਸਾਡੀ ਟੀਮ ਨੇ ਡਾਕਟਰ ਵੰਦਨ ਗੋਇਲ ਜੀ ਨਾਲ ਗੱਲਬਾਤ ਕੀਤੀ ਜੋ ਕਿ BAMS ਨੇ ਔਰ ਜਿਨ੍ਹਾਂ ਨੂੰ ਪਿਛਲੇ 30 ਸਾਲ ਦਾ ਲੰਬਾ ਤਜਰਬਾ ਹੈ ਸਾਡੀ ਟੀਮ ਨੇ ਡਾਕਟਰ ਰੋਜ਼ੀ ਗੋਇਲ ਜੀ ਨਾਲ ਵੀ ਗੱਲਬਾਤ ਕੀਤੀ ਜੋ ਕਿ BAMS ਨੇ ਆਓ ਲੈ ਕੇ ਚੱਲਦੇ ਤੁਹਾਨੂੰ ਵਿਦਿਆ ਪਾਇਲ ਐਂਡ ਜਨਰਲ ਸੈਂਟਰ ਜਗਰਾਉਂ ਵਿਖੇ ਕੀ ਨਾਮ ਹੈ ਤੁਹਾਡਾ ਸਰ ਰਜੀਵ ਸ਼ਰਮਾ ਜੀ ਕਿਸ ਬਿਮਾਰੀ ਵਾਸਤੇ ਸਾਡੇ ਕੋਲ ਆਏ ਸੀ ਸਰ ਬਾਬਾ ਸੀਰ ਦੀ ਦਿੱਕਤ ਸੀ ਜੀ ਬਲੱਡ ਆਉਂਦਾ ਸੀਗਾ ਟਾਇਲਟ ਦੇ ਨਾਲ ਓਕੇ ਹੋਰ ਕੀ ਪ੍ਰੋਬਲਮ ਰਹਿੰਦੀ ਸੀਗੀ ਸਰ ਦਰਦ ਕਾਫੀ ਹੁੰਦੀ ਸੀ ਜਦੋਂ ਟਾਇਲਟ ਜਾਂਦੇ ਸੀਗੇ ਅੱਛਾ ਕੁਝ ਮੌਕੇ ਵਗੈਰਾ ਵੀ ਬਾਹਰ ਆਉਂਦੇ ਸੀ ਹਾਂਜੀ ਮੌਕੇ ਸੀਗੇ ਸਰ ਠੀਕ ਹੈ ਉਹਦੇ ਕਾਰਨ ਮਤਲਬ ਟਾਇਲਟ ਆਉਂਦੀ ਸੀ ਤੁਸੀਂ ਕਿੱਥੇ ਬਿਲੋਂਗ ਕਰਦੇ ਸਰ ਮੈਂ ਐਕਚੁਅਲੀ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਤੇ ਮੈਂ ਕੋਥੇ ਟੋਲ ਕਰਦਾ ਤੇ ਐਜ਼ ਅ ਮੈਨੇਜਰ ਜੋਬ ਕਰਦਾ ਓਕੇ ਓਕੇ ਤੇ ਸਾਡੇ ਕੋਲੋਂ ਟ੍ਰੀਟਮੈਂਟ ਕਿੰਨੇ ਦਿਨ ਪਹਿਲਾਂ ਕਰਵਾਇਆ ਤੁਸੀਂ ਸਰ ਮੈਂ 20 ਤਰੀਕ ਨੂੰ ਕਰਾਇਆ ਸੀ ਲਾਸਟ ਮੰਥ ਓਕੇ ਸਰ ਫੇਰ ਵੀ ਨਹੀਂ ਕੀਤੀ ਓਕੇ ਹਾਂਜੀ ਤਾਂ ਅੱਜ ਮੈਨੂੰ 20 ਦਿਨ ਹੋ ਗਏ ਆ ਦੁਬਾਰਾ ਦਿੱਕਤ ਨਹੀਂ ਆਈ ਇੱਕਦਮ ਓਕੇ ਹੈ ਸਰ ਓਕੇ ਓਕੇ ਕੋਈ ਹੁਣ ਬਲੱਡ ਤਾਂ ਨਹੀਂ ਆਉਂਦਾ ਨਹੀਂ ਸਰ ਬਿਲਕੁਲ ਕੋਈ ਕਰਵਾਉਣ ਲੱਗਿਆ ਸਮੱਸਿਆ ਆਈ ਹੋਵੇ ਤੁਹਾਨੂੰ ਕੋਈ ਸਰ ਨੇ ਬੇਹੋਸ਼ ਕੀਤਾ ਹੋਵੇ ਕੋਈ ਸਰ ਕੁਝ ਵੀ ਨਹੀਂ 20 ਤੋਂ 30 ਮਿੰਟ ਦਾ ਪ੍ਰੋਸੈਸ ਸੀਗਾ ਅੱਛਾ ਇੱਕਦਮ ਓਕੇ ਹੋ ਗਿਆ ਕੋਈ ਇਲਾਜ ਨਹੀਂ ਓਕੇ ਤੇ ਤੁਸੀਂ ਪੇਸ਼ੈਂਟ ਨੂੰ ਕੀ ਸਲਾਹ ਦੇਣੀ ਚਾਹੋਗੇ ਹੋਰ ਮੈਂ ਤਾਂ ਕਹਿੰਦਾ ਕਿ ਜਿਹਨੂੰ ਵੀ ਪ੍ਰੋਬਲਮ ਹੈਗੀ ਆ ਕੇ ਤਾਂ ਕਰਾਵੇ ਮਚ ਬੈਟਰ ਜਿੰਨਾ ਛੇਤੀ ਹੋ ਸਕੇ ਉਹ ਛੇਤੀ ਕਰਾਵੇ ਜੀ ਠੀਕ ਠੀਕ ਹੁੰਦਾ ਹਾਂਜੀ ਕਿਹੜਾ ਪਿੰਡ ਹੈ ਝੋਟਾ ਕੀ ਤਕਲੀਫ ਸੀ ਬਾਬਾ ਸਿਰ ਦੀ ਖਾਜ ਹੁੰਦੀ ਸੀਗੀ ਦਰਦ ਕਿੰਨਾ ਹੁੰਦਾ ਸੀ ਖੂਨ ਕਿੰਨਾ ਕਾਂਦਾ ਸੀ ਕਿੰਨੀ ਦੇਰ ਤੋਂ ਸਮੱਸਿਆ ਸੀਗੀ ਕਬਜ਼ੀ ਕਿੰਨੀ ਕੁ ਰਹਿੰਦੀ ਸੀ ਪਹਿਲਾਂ ਕੋਈ ਦਵਾਈਆਂ ਦੇਸੀ ਖਾਧੀਆਂ ਅੰਗਰੇਜ਼ੀ ਖਾਧੀਆਂ ਹੈਮੋਪੈਥੀ ਖਾਧੀਆਂ ਕਿੰਨਾ ਕੁ ਉਹਨਾਂ ਨਾਲ ਫਾਇਦਾ ਹੋਇਆ ਨਹੀਂ ਫਾਇਦਾ ਹੋਇਆ ਅਤੇ ਕੋਈ ਸ਼ਰਾਬ ਆਂਡਾ ਡੋਡੇ ਖਾਂਦੇ ਸੀ ਤੁਸੀਂ ਨਹੀਂ ਖਾਂਦੇ ਸੀ ਸਾਡੇ ਹਸਪਤਾਲ ਬਾਰੇ ਕਿੱਥੋਂ ਪਤਾ ਲੱਗਾ ਚਾਚੇ ਦਾ ਮੁੰਡਾ ਆਪਰੇਸ਼ਨ ਕਰਾਉਣਾ ਸੀ ਕਰਾ ਕੇ ਗਿਆ ਤੁਹਾਨੂੰ ਕਿੰਨੇ ਦਿਨ ਹੋ ਗਏ ਅੱਜ ਆਪਰੇਸ਼ਨ ਕਰਾਏ ਨੂੰ ਕਿੰਨਾ ਫਰਕ ਅੱਗੇ ਨਾਲੋਂ ਓਕੇ ਕਬਜ਼ੀ ਨਹੀਂ ਰਹਿੰਦੇ ਨਹੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਬੰਦੇ ਹੋਰ ਮਰੀਜ਼ ਇੱਦਾਂ ਦੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਹਸਪਤਾਲ ਚਲਾਓ ਇਲਾਜ ਕਰਾਓ ਕਿੰਨਾ ਟਾਈਮ ਲੱਗਦਾ ਆਪਰੇਸ਼ਨ ਕਰਾਉਣ 'ਤੇ ਕੋਈ ਬੇਹੋਸ਼ ਕਰਦੇ ਆ ਕੋਈ ਟੀਕਾ ਲਾ ਕੇ ਦਰਦ ਹੁੰਦਾ ਹੋਵੇ ਠੀਕ ਹੈ ਦਰਸ਼ਕੋ ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਵਿਦਿਆ ਬਾਬਾ ਸੀਰ ਹੋਸਪਿਟਲ ਦੇ MD ਦੇ ਨਾਲ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਕੀਤੀਆਂ ਜਗਰਾਵਾਂ ਵਿਖੇ ਔਰ 30 ਸਾਲ ਦਾ ਲੰਬਾ ਤਜਰਬਾ ਬਾਬਾ ਸੀਰ ਫਸਟੁੱਲਾ ਨਾਮਰਾਦ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਲੋਕਾਂ ਨੂੰ ਨਜ਼ਾਤ ਦਾ ਰਹੀ ਹੈ ਸਾਡੀ ਮੁਰਾਦ ਹੈ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ ਥੈਂਕ ਯੂ ਤੁਹਾਡੇ ਆਉਣ ਦਾ ਰਿਸ਼ੀ ਕਰਨ ਜੀ ਮੈਂ ਡਾਕਟਰ ਮੰਦਨ ਗੋਇਲ ਜਗਰਾਉਂ ਤੋਂ ਬਾਬਾ ਸੀਰ ਅਤੇ ਭਗੰਦਰ ਅਤੇ ਫਿਸ਼ਰ ਅਤੇ ਪਿਲੋ ਨਿਡਲ ਸਾਈਨਸ ਦਾ ਟ੍ਰੀਟਮੈਂਟ ਪਿਛਲੇ 30 ਸਾਲਾਂ ਤੋਂ ਕਰ ਰਿਹਾ ਸਰ ਬਾਬਾ ਸੀਰ ਇਹ ਜਿਹੜੀ ਤੁਸੀਂ ਨਾਮਰਾਦ ਬਿਮਾਰੀ ਦਾ ਇਲਾਜ ਕਰ ਰਹੇ ਹੋ ਜਿਹਦੇ ਵਿੱਚ ਇੰਡੀਆ ਹੀ ਨਹੀਂ ਬਲਕਿ ਸਾਰੇ ਫੋਰਨ ਦੇ ਕੰਟਰੀਜ਼ ਦੇ ਵਿੱਚ ਵੀ ਤੁਹਾਡੇ ਕੋਲ ਰੈਫਰੈਂਸਿਸ ਨੇ ਪੰਜਾਬ ਹਰਿਆਣਾ ਹਿਮਾਚਲ ਲੋਕ ਦੂਰ ਦੂਰ ਤੋਂ ਆਉਂਦੇ ਨੇ ਕਿਵੇਂ ਤੁਸੀਂ 30 ਸਾਲ ਦਾ ਜਿਹੜਾ ਲੰਬਾ ਤਜਰਬਾ ਔਰ ਇਸ ਨਾਮਰਾਦ ਬਿਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਲਾ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੀ ਡੇਟ ਦੇ ਵਿੱਚ ਬਵਾਸੀਰ ਬਿਮਾਰੀ 80-90% ਪੇਸ਼ੈਂਟ ਨੂੰ ਹੋ ਰਹੀ ਹੈ ਸਭ ਤੋਂ ਉਹਦਾ ਮੇਨ ਰੀਜ਼ਨ ਕੀ ਹੈ ਲੋਕਾਂ ਦਾ ਲਾਈਫ ਸਟਾਈਲ ਮੋਡੀਫਿਕੇਸ਼ਨ ਫਾਸਟ ਫੂਡ ਖਾਣੇ ਐਕਸਰਸਾਈਜ਼ ਨਾ ਕਰਨੀ ਜੰਕ ਫੂਡਸ ਖਾਣੇ ਫਾਈਬਰਸ ਘੱਟ ਖਾਣੇ ਸਿਟਿੰਗ ਹੈਬਿਟਸ ਹੋ ਗਈ ਹੈ ਔਨਲਾਈਨ ਡਿਜੀਟਲ ਮਾਰਕੀਟ ਦੇ ਵਿੱਚ ਕੀ ਸਿਟਿੰਗ ਬਹੁਤ 8-10 ਘੰਟੇ ਹੋ ਗਈ ਹੈ ਲੋਕ ਪ੍ਰੋਪਰਲੀ ਫਿਲਟਰਸ ਨਹੀਂ ਪਾਸ ਕਰਦੇ ਸਟੇਨਿੰਗ ਬਹੁਤ ਜ਼ਿਆਦਾ ਕਰਦੇ ਇਹਦੇ ਕਰਕੇ ਵਿਵਸਥਿਤ ਮੇਨ ਰੀਜ਼ਨ ਬਣ ਗਿਆ ਸਭ ਤੋਂ ਗੱਲ ਕੀ ਹੈ ਬਾਬਾ ਸਿੰਘ ਦੀ ਸਾਡੀ 4 ਤਰ੍ਹਾਂ ਦੀ ਹੁੰਦੀ ਹੈ ਫਸਟ ਡਿਗਰੀ ਸੈਕਿੰਡ ਡਿਗਰੀ ਥਰਡ ਡਿਗਰੀ ਫੋਰਥ ਡਿਗਰੀ ਉਹਦੇ ਵਿੱਚ ਜਿਸ ਤਰ੍ਹਾਂ ਸਟੇਜ ਹੈ ਉਸੇ ਹਿਸਾਬ ਨਾਲ ਸਾਡਾ ਇਲਾਜ ਕੀਤਾ ਜਾਂਦਾ ਹੈ ਅਸ ਅੱਜ ਕੱਲ੍ਹ ਲੋਕ ਫਲਾਨੀਆਂ ਪੁੜੀਆਂ ਲੈ ਲਓ ਧਮਕੀਆਂ ਲੈ ਲਓ ਬੜਾ ਇਸ ਚੀਜ਼ ਦਾ ਰੁਝਾਨ ਚੱਲਿਆ ਹਰੇਕ ਬੰਦਾ ਜਿਹੜਾ ਆਪਣੇ ਆਪ ਨੂੰ ਇਹ ਸ਼ੋਅ ਕਰਦਾ ਕਿ ਮੈਂ ਡਾਕਟਰ ਹਾਂ ਕੋਈ ਬੰਦਾ ਥੋੜ੍ਹੀ ਜਿਹੀ ਗੱਲ ਕਰਦਾ ਨਾਲ ਦੀ ਨਾਲ ਬੋਲ ਪੈਂਦਾ ਉਹ ਸਾਡੇ ਪਿੰਡ ਉਹ ਫਲਾਨਾ ਹੈਗਾ ਜਿਹਦੇ ਕੁੜੀ ਲੈਤੀ ਹੈ ਮੈਂ ਔਰ ਕੁੜੀਆਂ ਦੇ ਨਾਲ ਸਹੀ ਹੋ ਗਿਆ ਕੀ ਕਹਿਣਾ ਚਾਹੋਗੇ ਕਿ ਅਸੀਂ ਨਾਮਰਾਦ ਬਿਮਾਰੀ ਜਿਹੜੀ ਹੈਗੀ ਹੈ ਜਿੰਨਾ ਚਿਰ ਮੈਡੀਕਲੀ ਅਸੀਂ ਇਹਨੂੰ ਨਾਲ ਟ੍ਰੀਟ ਨਹੀਂ ਕਰਾਂਗੇ ਜਿੰਨਾ ਚਿਰ ਅਸੀਂ ਉਹਦਾ ਜਿਸ ਤਰੀਕੇ ਦੇ ਨਾਲ ਉਹਨੂੰ ਅਸੀਂ ਕਿਊਰਿੰਗ ਨਹੀਂ ਕਰਵਾਵਾਂਗੇ ਉਹਦੇ ਬਾਰੇ ਕੀ ਕਹਿਣਾ ਚਾਹੋ ਸਰ ਇਸ ਤਰ੍ਹਾਂ ਮੈਂ ਵੀ ਜਿਸ ਤਰ੍ਹਾਂ ਅਸੀਂ ਕਿਸੇ ਦੀ ਪੈਥੀ ਬਾਰੇ ਡਿਸਕਸ ਨਹੀਂ ਕਰਦੇ ਪੇਸ਼ੈਂਟ ਨੂੰ ਕਹਿੰਦੇ ਕਿ ਤੁਸੀਂ ਜਿਹੜੀ ਮਰਜ਼ੀ ਪੈਥੀ ਲੈ ਲਓ ਜਿੰਨੀ ਦੇਰ ਤੁਸੀਂ ਟੈਂਪਰੇਰੀ ਮੈਡੀਸਨ ਲਈ ਚੱਲੋਗੇ ਉਨੀ ਦੇਰ ਤੱਕ ਰਿਲੈਕਸ ਹੋ ਜਾਓਗੇ ਜਦੋਂ ਤੁਸੀਂ ਕਹਿੰਦੇ ਵੀ ਪਰਮਾਨੈਂਟ ਸਲੂਸ਼ਨ ਚਾਹੁੰਦਾ ਮੈਂ ਬਲੀਡਿੰਗ ਹੋ ਰਹੀ ਹੈ ਮੇਰੇ ਫਿਸ਼ਰ ਬਹੁਤ ਜ਼ਿਆਦਾ ਹੈ ਪੇਨ ਬਹੁਤ ਜ਼ਿਆਦਾ ਹੈ
ਉਹਦੇ 'ਚ ਪਸ ਆ ਰਹੀ ਹੈ, ਹੇਮੇਟੋਮਾ ਬਣਿਆ ਹੋਇਆ, ਉਹ ਮੈਡੀਸਨ ਨਾਲ ਨਹੀਂ ਕਿਉਂ ਹੁੰਦਾ। ਜਿੰਨੀ ਮਰਜ਼ੀ ਮੈਡੀਸਨ ਲੈ ਲਓ, ਕਿਸੇ ਪੈਥੀ ਦੇ ਲੈ ਲਏ, ਅਸੀਂ ਕਿਸੇ ਵੀ ਡਾਕਟਰ ਬਾਰੇ ਕਿਸੇ ਵੀ ਪੈਥੀ ਬਾਰੇ ਡਿਕਲਾਈਨ ਨਹੀਂ ਕਰਦੇ ਵੀ ਪੈਥੀ ਗਲਤ ਹੈ ਜਾਂ ਠੀਕ ਹੈ। ਸਾਨੂੰ ਪਤਾ ਹੈ ਪੇਸ਼ੈਂਟ ਜਿਹੜਾ ਸਾਡੇ ਕੋਲ ਆਉਂਦਾ ਉਹ ਸਾਰੀ ਪੈਥੀ ਹੀ ਯੂਜ਼ ਕਰਕੇ ਆਉਂਦਾ, ਉਹ 'ਚ ਪੇਸ਼ੈਂਟ ਫਸਟ ਏਡ ਹੋ ਕੇ ਆਉਂਦਾ ਹੈ। ਜਦੋਂ ਅਸੀਂ ਪੇਸ਼ੈਂਟ ਨੂੰ ਅੱਛੀ ਤਰ੍ਹਾਂ ਐਗਜ਼ਾਮਿਨ ਕਰਦੇ ਹਾਂ ਆਫਟਰ ਪ੍ਰੋਟੋਸਕੋਪੀ, ਦੈਨ ਅਸੀਂ ਡਿਸਾਈਡ ਕਰ ਸਕਦੇ ਹਾਂ ਪੇਸ਼ੈਂਟ ਦਾ ਅਸੀਂ ਕਿਸ ਤਰ੍ਹਾਂ ਟ੍ਰੀਟਮੈਂਟ ਕਰਨਾ ਚਾਹੁੰਦੇ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡਾ ਕੰਬੀਨੇਸ਼ਨ ਹੈ, ਤੁਸੀਂ ਔਰ ਤੁਹਾਡੇ ਮੈਡਮ ਦੋਨੇ ਜਾਣੇ ਇੱਥੇ ਹੁੰਦੇ ਆ, ਔਰ ਲੇਡੀਜ਼ ਦੇ ਲਈ ਵੀ ਇਹ ਹੋਸਪਿਟਲ ਵਰਦਾਨ ਸਾਬਤ ਹੋ ਰਿਹਾ ਹੈਗਾ, ਕਿਉਂਕਿ ਕੋਈ ਵੀ ਲੇਡੀਜ਼ ਆਉਂਦੀ ਆ ਕਈ ਵਾਰ ਇਸ ਫਿਖੇ ਜਿਹੜੀ ਬਾਬਾ ਸੀ ਰੰਗ ਦੀ ਬਿਮਾਰੀ ਆ, ਉਹਨਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਦਾ ਮਾਇੰਡ 'ਚ ਹੁੰਦਾ, ਔਰ ਉਹਦੇ ਲਈ ਮੈਡਮ ਜਿਹੜੇ ਹੈਗੇ ਆ ਬੜੇ ਐਕਸਪਰਟ ਨੇ, ਉਹਨਾਂ ਦਾ ਵੀ 30 ਸਾਲ ਦੇ ਉਹਨਾਂ ਦਾ ਤਜਰਬਾ ਹੈਗਾ ਨਾਲ, ਉਹਦੇ ਬਾਰੇ ਕੀ ਕਹਿੰਦਾ? ਲੇਡੀਜ਼ ਪੇਸ਼ੈਂਟ ਨੂੰ ਮੈਡਮ ਟ੍ਰੀਟ ਕਰਦੇ ਆ ਔਰ ਜੈਂਟਸ ਪੇਸ਼ੈਂਟ ਨੂੰ ਅਸੀਂ ਟ੍ਰੀਟ ਕਰਦੇ ਹਾਂ। ਓਵਰਆਲ ਜਿਹੜਾ ਸਾਡਾ ਇਹ ਟੀਮ ਵਰਕ ਹੋ ਕੇ ਕੰਮ ਕਰਦਾ, ਲੇਡੀਜ਼ ਪੇਸ਼ੈਂਟ ਨੂੰ ਅਤੇ ਜੈਂਟਸ ਪੇਸ਼ੈਂਟ ਨੂੰ ਅਸੀਂ ਟੀਮ ਵਰਕ ਨਾਲ ਕਰਦੇ ਹਾਂ। ਇਹਦੇ ਵਿੱਚ ਕੀ ਹੈ, ਟੀਮ ਵਰਕ ਤੋਂ ਬਗੈਰ ਅਸੀਂ ਪੇਸ਼ੈਂਟ ਦਾ ਪ੍ਰੋਸੀਜਰ ਨਹੀਂ ਕਰ ਸਕਦੇ। ਸਭ ਤੋਂ ਬੜੀ ਗੱਲ ਹੈ, ਅਸੀਂ ਓਪਰੇਸ਼ਨ ਨਹੀਂ ਕਰਦੇ ਬਵਾਸੀਰ ਦਾ, ਨਾ ਫਿਸਚੂਲਾ ਦਾ, ਨਾ ਫਿਸ਼ਰ ਦਾ, ਨਾ ਪਾਇਲੋਨੇਟ ਸਾਇੰਸਿਸ ਦਾ। ਅਸੀਂ ਇੱਕ ਨਵੀਂ ਟੈਕਨੋਲੋਜੀ ਹੀ ਲਾਂਚ ਕੀਤੀ ਹੈ 3 ਸਾਲ ਪਹਿਲਾਂ, ਜਿਹਨੂੰ ਅਸੀਂ ਪੁਰਾਣੇ ਸਮਾਂ ਦੇ ਵਿੱਚ ਅਗਨੀਕਰਮ ਕਹਿੰਦੇ ਸੀ, ਅੱਜ ਦੀ ਲੇਟੈਸਟ ਟੈਕਨੋਲੋਜੀ ਅਸੀਂ ਉਹਨੂੰ ਲੇਜ਼ਰ ਡਾਇਟ ਕਹਿ ਦਿੰਦੇ ਹਾਂ। ਲੇਜ਼ਰ ਡਾਇਟ ਆਈ ਥਿੰਕ ਪੰਜਾਬ ਦੇ ਵਿੱਚ ਕੁਛ ਹੀ ਸ਼ਹਿਰਾਂ ਦੇ ਵਿੱਚ ਹੈਗੀ ਹੈ। ਲੇਜ਼ਰ ਡਾਇਟ ਨਾਲ ਆਈ ਥਿੰਕ ਆਈ ਹੈਵ ਡਨ ਮੋਰ ਦੈਨ 300 ਕੇਸਿਸ ਵਿਦ ਇਨ 3 ਈਅਰ ਬੈਕ, ਤੋਂ ਜਿਨ੍ਹਾਂ ਦੇ ਬਹੁਤ ਹੀ ਅੱਛੇ ਰਿਜ਼ਲਟ ਮਿਲੇ ਹੈ। ਪੇਸ਼ੈਂਟ ਨੂੰ ਅਸੀਂ 2 ਘੰਟੇ ਬਾਅਦ ਡਿਸਚਾਰਜ ਕਰ ਰਹੇ ਹਾਂ, ਸਾਡੇ ਪ੍ਰੋਸੀਜਰ ਨੂੰ 20 ਤੋਂ 25 ਮਿੰਟ ਲੱਗਦੇ ਆ, ਪੇਸ਼ੈਂਟ ਆਪਣੀ ਨੋਰਮਲ ਲਾਈਫ ਵਿਦ ਇਨ 7 ਤੋਂ 10 ਡੇਜ਼ ਕਰ ਸਕਦਾ। ਦੱਸ ਇਹ ਬਿਮਾਰੀ ਐਸੀ ਅੱਜ ਵਿੱਚ ਪੇਸ਼ੈਂਟ ਆਪਦੇ ਆਪ ਨੂੰ ਲੁਕੋ ਕੇ ਰੱਖਦਾ ਬਿਮਾਰੀ ਨੂੰ, ਔਰ ਅੱਗੇ ਜਾ ਕੇ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ, ਜਿੱਦਾਂ ਤੁਸੀਂ ਦੱਸਿਆ ਕਿ ਸਟੇਜਿਸ ਇਹਦੀ ਹੈਗੀਆਂ ਫਸਟ, ਸੈਕਿੰਡ, ਥਰਡ, ਫੋਰਥ ਸਟੇਜ, ਔਰ ਉਸ ਤੋਂ ਬਾਅਦ ਕਈ ਵਾਰੀ ਇਹ ਕੈਂਸਰ ਦਾ ਵਿਕਰਾਰ ਰੂਪ ਵੀ ਧਾਰਨ ਕਰ ਜਾਂਦੀ ਹੈ। ਕੀ ਕਹਿਣਾ ਚਾਹੋਗੇ ਕਿ ਅਸੀਂ ਬਿਮਾਰੀ ਨੂੰ ਪੇਸ਼ੈਂਟਸ ਨੂੰ ਜਦੋਂ ਉਹਨਾਂ ਨੂੰ ਲੱਗੇ ਕਿ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਆ, ਅਤੇ ਉਸੇ ਵੇਲੇ ਹੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ, ਔਰ ਪਹਿਲੇ ਸਟੇਜਾਂ ਦੇ ਵਿੱਚ ਦਾ ਜਿਹੜਾ ਹੈਗਾ ਉਹ ਮੇਰੇ ਖਿਆਲ ਡਾਇਟ ਦੀ ਲੋੜ ਵੀ ਨਹੀਂ ਪੈਂਦੀ ਹੋਣੀ। ਤੁਸੀਂ ਬਹੁਤ ਸਾਰੇ ਪੇਸ਼ੈਂਟ ਨੂੰ ਪਹਿਲੀ ਸੈਕਿੰਡ ਸਟੇਜ ਵਾਲਿਆਂ ਨੂੰ ਮੈਡੀਸਨਸ ਦੇ ਨਾਲ ਹੀ ਠੀਕ ਕਰਕੇ ਭੇਜਿਆ। ਸਰ ਇਸ ਤਰ੍ਹਾਂ ਮੈਂ ਜਿਹੜੀ ਪਹਿਲੀ ਸੈਕਿੰਡ ਸਟੇਜ ਹੈ, ਪਹਿਲੀ ਅਤੇ ਸੈਕਿੰਡ ਸਟੇਜ ਦਾ ਪੇਸ਼ੈਂਟ ਲਾਈਫ ਸਟਾਈਲ ਮੋਡੀਫਿਕੇਸ਼ਨ, ਆਬਵੀਅਸ ਟੂਲ ਸੋਫਟਨਰ, ਫਾਈਬਰ ਡਾਇਟ, ਐਕਸਰਸਾਈਜ਼ ਕਰੇ ਤਾਂ ਉਹ ਠੀਕ ਹੋ ਜਾਂਦੀ ਹੈ। ਅਤੇ ਉਸ ਤੋਂ ਬਾਅਦ ਸੈਕਿੰਡ ਅਤੇ ਥਰਡ ਸਟੇਜ ਇਸ ਤਰ੍ਹਾਂ ਨਹੀਂ ਹੁੰਦੀਆਂ, ਜੇ ਪੇਸ਼ੈਂਟ ਸੈਕਿੰਡ ਥਰਡ ਸਟੇਜ 'ਤੇ ਟ੍ਰੀਟਮੈਂਟ ਨਹੀਂ ਲੈਂਦਾ ਐਟ ਦੀ ਨਿੱਕ ਆਫ ਟਾਈਮ, ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲਦਾ, ਪ੍ਰੋਪਰ ਗਾਈਡੈਂਸ ਨਹੀਂ ਮਿਲਦੀ, ਪ੍ਰੋਪਰ ਮੈਡੀਕਲ ਫੈਸਿਲਿਟੀ ਨਹੀਂ ਮਿਲਦੀ, ਤਾਂ ਇਟ ਵਿਲ ਪਾਸ ਇਨ ਟੂ ਦਾ ਲੌਂਗਰ ਰਨ ਆਫਟਰ ਕੈਂਸਰ ਬਣ ਜਾਂਦਾ ਉਹਦੇ ਵਿੱਚ। ਠੀਕ ਆ, ਕੈਂਸਰ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਐਗਜ਼ਾਮਿਨ ਕਰਕੇ, ਐਗਜ਼ਾਮਿਨ ਕਰਨ ਤੋਂ ਬਾਅਦ ਅਸੀਂ ਉਹਦੀ ਬਾਇਓਪਸੀ ਲੈ ਕੇ ਜਾਂ ਉਹਦੇ ਵਿੱਚ ਕੋਈ ਇਨਵੈਸਟੀਗੇਸ਼ਨ ਕਰਾ ਕੇ ਉਸਨੂੰ ਕਨਫਰਮ ਕਰ ਦਿੰਦੇ ਵੀ ਇਟੀ ਦੇ ਕੈਂਸਰ ਪੇਸ਼, ਬਈ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ, ਤੈਨੂੰ ਹਾਰਟ ਸੈਂਟਰ ਜਾਣਾ ਪਏ। ਡਾਕਟਰ ਸਰ, ਕੀ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਵਿਦਿਆ ਬਵਾਸੀਰ ਸੈਂਟਰ ਦੇ ਵਿੱਚ, ਜਿਹਦੇ 'ਚ ਤੁਸੀਂ ਬਹੁਤ ਇੱਕ ਅਕਾਲ ਹਾਰਟ ਆਫ ਦੀ ਸਿਟੀ ਜਗਰਾਵਾਂ ਦੇ ਵਿੱਚ ਬੈਠੇ ਹੋ, ਔਰ ਸਾਹਮਣੇ ਵੀ ਹਰਿਆਵਲ ਦਿਖ ਰਹੀ ਹੈਗੀ ਬੈਠਿਆਂ ਨੂੰ, ਕੀ ਕਹਿਣਾ ਚਾਹੋਗੇ ਕੀ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਇਸ ਹੋਸਪਿਟਲ 'ਚ? ਸਾਡੇ ਕੋਲ ਫੈਸਿਲਿਟੀ ਇਸ ਤਰ੍ਹਾਂ ਹੈ, ਅਸੀਂ ਮੋਸਟ ਲਾਈਕਲੀ ਸਾਰਾ ਕੰਮ ਸਾਡਾ ਮੇਨ ਫੋਕਸ ਬਾਬਾ ਸੀਰ 'ਤੇ ਹੁੰਦਾ ਹੈ। ਬਾਬਾ ਪੇਸ਼ੈਂਟ ਹਮੇਸ਼ਾ ਸਾਨੂੰ ਇਹੀ ਆ ਕੇ ਕਹਿੰਦਾ ਜੀ ਮੈਨੂੰ ਬਾਬਾ ਸੀਰ ਹੈ, ਇਹ ਅਸੀਂ ਡਿਫਰੈਂਸ਼ੀਏਟ ਕਰਨਾ ਵੀ ਇਹਨੂੰ ਬਾਬਾ ਸੀਰ ਹੈ, ਫਿਸ਼ਰ ਹੈ, ਫਿਸ਼ਰ ਨੂੰ ਅਸੀਂ ਪੰਜਾਬੀ 'ਚ ਗੁਦਾ ਚੀਰ ਕਹਿ ਦਿੰਦੇ ਹਾਂ। ਫਿਰ ਪੇਸ਼ੈਂਟ ਆ ਕੇ ਕਹਿੰਦਾ ਜੀ ਮੈਨੂੰ ਲੈਟਰਲ ਜਗ੍ਹਾ 'ਤੇ ਦਰਦ ਬਹੁਤ ਹੈ, ਤਾਂ ਡਾਕਟਰ ਸਾਹਿਬ ਇਹਦੇ ਵਿੱਚ ਪਾਸ ਨਿਕਲਦੇ, ਉਹ ਅਸੀਂ ਡਿਫਰੈਂਸ਼ੀਏਟ ਕਰਨਾ ਵੀ ਇਹ ਭਗੰਦਰ ਹੈ ਜਿਹਨੂੰ ਅਸੀਂ ਫਿਸਚੂਲਾ ਕਹਿੰਦੇ ਹਾਂ ਮੈਡੀਕਲ ਸਾਇੰਸ ਦੇ ਵਿੱਚ। ਇੱਕ ਹੁੰਦਾ ਪੈਲੋਨੇਟਲ ਸਾਈਨਸ, ਜਿਹੜਾ ਰੀੜ੍ਹ ਦੀ ਹੱਡੀ ਦੇ ਵਿੱਚ ਫਿੰਸੀ ਬਣ ਜਾਂਦੀ, ਉਹਦੇ ਵਿੱਚ ਪੈਲੋਨੇਟਲ ਸਾਈਨਸ ਕਹਿੰਦੇ ਹਾਂ। ਇਹ ਸਾਰਾ ਬਿਮਾਰੀਆਂ ਦਾ ਟ੍ਰੀਟਮੈਂਟ ਅਸੀਂ ਲੇਜ਼ਰ ਨਾਲ ਕਰਦੇ, ਲੇਜ਼ਰ ਦੇ ਨਾਲ ਨਾਲ ਅਸੀਂ ਕਿਸ਼ਾਰ ਸੂਤਰ ਵੀ ਕਰਦੇ ਹਾਂ। ਅਸੀਂ 1/2 ਘੰਟੇ ਦੇ ਵਿੱਚ ਪ੍ਰੋਸੀਜਰ ਕਰਕੇ 1 ਘੰਟਾ ਪੇਸ਼ੈਂਟ ਰੈਸਟ ਕਰਾਂਗੇ, ਉਸ ਤੋਂ ਬਾਅਦ ਅਸੀਂ ਡਿਸਚਾਰਜ ਕਰ ਦਿੰਦੇ ਹਾਂ। ਪੇਸ਼ੈਂਟ ਤਕਰੀਬਨ 3 ਤੋਂ 4 ਵੀਕਸ ਦੇ ਵਿੱਚ 101% ਠੀਕ ਹੋ ਜਾਂਦਾ। ਸਾਡੇ ਕੋਲ 5 ਤੋਂ 7 ਬੈਡਡ ਹੋਸਪਿਟਲ ਹੈ, ECG ਮਸ਼ੀਨ ਹੈ, ਆਕਸੀਜਨ ਥੈਰੇਪੀ ਹੈ, ਔਰ ਸਾਡੇ ਕੋਲ ਇਨਡੋਰ ਰੂਮਸ ਹੈ। ਪੇਸ਼ੈਂਟ ਦੀ ਫੈਸਿਲਿਟੀ ਦੇ ਅਕੋਰਡਿੰਗ ਅਸੀਂ ਪੇਸ਼ੈਂਟ ਨੂੰ ਫੈਸਿਲਿਟੀ ਸਾਰੀ ਪ੍ਰੋਵਾਈਡ ਕਰਦੇ। ਸਰ, ਜਿੱਦਾਂ ਇਹ ਡੇ ਕੇਅਰਿੰਗ ਹੈਗੀ ਆ ਪ੍ਰੋਸੀਜਰਸ, ਔਰ ਉਹਨਾਂ ਦੇ ਵਿੱਚ ਪੇਸ਼ੈਂਟ ਆ ਜਿਹੜਾ ਜਿਸ ਦਿਨ ਆਉਂਦਾ ਸਰ, ਕਦੇ ਮੰਨ ਲਓ ਸਪੋਜ਼ ਕਰੋ ਕਿ ਉਹ ਬਾਹਰੋਂ ਦੂਰੋਂ ਆਉਂਦਾ ਔਰ ਉਹਨੂੰ ਲੱਗਦਾ ਕਿ ਇਹ ਪ੍ਰੋਬਲਮ ਹੈਗੀ ਆ, ਕੀ ਤੁਸੀਂ ਉਹ ਸੇਮ ਡੇ ਵੀ ਕਿ ਪਹਿਲਾਂ ਉਹਨੂੰ ਕੋਈ ਭੁੱਖੇ ਪੇਟ ਮਤਲਬ ਖਾਲੀ ਪੇਟ ਆਉਣਾ ਪੈਂਦਾ ਵੀ ਅਸੀਂ ਪ੍ਰੋਬਲਮ? ਸਭ ਤੋਂ ਬੜੀ ਗੱਲ ਜਿਹੜਾ ਤੁਸੀਂ ਮੈਨੂੰ ਕੁਸ਼ਚਨ ਪੁੱਛਿਆ, ਬਹੁਤ ਪੇਸ਼ੈਂਟ ਦੇ ਦਿਮਾਗ 'ਚ ਹੁੰਦਾ ਡਾਕਟਰ ਸਾਹਿਬ ਮੈਨੂੰ ਤੁਸੀਂ ਬੇਹੋਸ਼ ਤਾਂ ਨਹੀਂ ਕਰੋ, ਮੇਰੀ ਰੀੜ੍ਹ ਦੀ ਹੱਡੀ ਟੀਕਾ ਤਾਂ ਨਹੀਂ ਲਾਓਗੇ? ਉਹਦੇ ਵਿੱਚ ਸਾਨੂੰ 2 ਪ੍ਰੋਬਲਮ ਆਉਂਦੀਆਂ, ਇੱਕ ਤਾਂ ਪੇਸ਼ੈਂਟ ਸਾਨੂੰ ਫਾਸਟਿੰਗ ਰੱਖਣਾ ਪੈਂਦਾ ਹੈ, ਦੂਜੀ ਗੱਲ ਉਹਦੇ ਵਾਸਤੇ ਸਾਨੂੰ ਸਪੈਸ਼ਲ ਅਨੈਸਥੈਟਿਕ ਡਾਕਟਰ ਬਣਾਉਣੇ ਪੈਂਦੇ ਆ, ਜਿਹਦਾ ਕਿ ਖਰਚਾ ਵੀ ਐਕਸਟਰਾ ਪੇ ਕਰਨਾ ਪੈਂਦਾ ਪੇਸ਼ੈਂਟ ਨੂੰ।
ਉਹਦੇ ਵਿੱਚ ਸਾਨੂੰ ਪੇਸ਼ੈਂਟ ਨੂੰ ਇੱਕ ਜਾਂ ਦੋ ਦਿਨ ਰੱਖਣਾ ਪੈਂਦਾ ਹੈ ਪੋਸਟ ਓਪਰੇਟਿਵ ਕੇਅਰ ਵਾਸਤੇ, ਅਤੇ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦਾ ਅਸੀਂ ਉਹਨੂੰ ਕਹਿੰਦੇ ਵੀ ਅਸੀਂ ਤੈਨੂੰ ਬੇਹੋਸ਼ ਨਹੀਂ ਕਰਨਾ, ਕੋਈ ਅਨੈਸਥੀਜ਼ੀਆ ਨਹੀਂ ਦੇਣਾ, ਅਸੀਂ ਤੈਨੂੰ ਸਿਰਫ ਅੰਡਰ ਲੋਕਲ ਅਨੈਸਥੀਜ਼ੀਆ ਦੇ ਕੇ 2 ਘੰਟੇ ਬਾਅਦ ਡਿਸਚਾਰਜ ਕਰ ਦੇਣਾ। ਸਾਨੂੰ ਕਿਸੇ ਵੀ ਪੇਸ਼ੈਂਟ ਨੂੰ ਖਾਲੀ ਪੇਟ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਜੀ, ਬਸ ਉਹਨੂੰ ਕਹਿੰਦੇ ਲਾਈਟ ਬ੍ਰੇਕਫਾਸਟ ਜਾਂ ਦੁੱਧ ਬ੍ਰੈਡ ਲੈ ਕੇ ਲੈ ਸਕਦਾ, ਉਸ ਤੋਂ ਬਾਅਦ 2 ਤੋਂ 3 ਘੰਟੇ ਬਾਅਦ ਅਸੀਂ ਡਿਸਚਾਰਜ ਕਰ ਦਿੰਦੇ। ਹਾਂ, ਜੇ ਪੇਸ਼ੈਂਟ ਬਹੁਤ ਦੂਰੋਂ ਆਇਆ ਹੋਇਆ 100-200 ਕਿਲੋਮੀਟਰ ਦਾ, ਸਾਡੇ ਕੋਲ ਪ੍ਰਾਈਵੇਟ ਰੂਮ ਵੀ ਹੈ, ਜਨਰਲ ਵਾਰਡ ਵੀ, ਅਸੀਂ ਦੋਨਾਂ 'ਚ ਜਿੱਥੇ ਮਰਜ਼ੀ ਪੇਸ਼ੈਂਟ ਰਹਿਣਾ ਜਾਂ ਰਹਿ ਸਕਦਾ, ਸਾਡੇ ਚਾਰਜਿਸ ਸੇਮ ਹੈ। ਡਾਕਟਰ ਸਾਹਿਬ, ਕੀ ਇੱਥੇ ਬਵਾਸੀਰ ਦੇ ਨਾਲ ਨਾਲ, ਕਿਉਂਕਿ ਤੁਸੀਂ ਦੁਨੀਆਂ ਨੇ ਬਹੁਤ ਤਕੜੇ 30 ਸਾਲ ਦੇ ਪ੍ਰੈਕਟੀਸ਼ਨਰ ਹੋ BMS ਤੁਹਾਡੇ ਕਰਕੇ, ਕੀ ਉਹਦੇ ਨਾਲ ਨਾਲ ਹੋਰ ਬਿਮਾਰੀਆਂ ਦਾ ਵੀ ਇਲਾਜ ਜਿਹੜਾ ਹੈਗਾ ਪੇਸ਼ੈਂਟ ਇੱਥੇ ਆ ਸਕਦੇ ਆ, ਕਰਵਾ ਸਕਦੇ ਆ? ਜਿੱਦਾਂ ਕੋਵਿਡ ਦੇ ਵਿੱਚ ਵੀ ਤੁਸੀਂ ਬਹੁਤ ਸੇਵਾ ਕੀਤੀ ਹੈ ਇਸ ਏਰੀਆ ਦੇ ਵਿੱਚ, ਔਰ ਕਾਫੀ ਨਾਮ ਜਿਹੜਾ ਇਸ ਟੀਮ ਹੈ। ਸਰ, ਅਸੀਂ ਜਨਰਲ ਪ੍ਰੈਕਟੀਸ਼ਨਰ ਤਾਂ ਹੈ ਹੀ ਆ, ਜਨਰਲ ਪ੍ਰੈਕਟੀਸ਼ਨਰ ਦੀ ਕੀ ਡੈਫੀਨੇਸ਼ਨ ਹੈ, ਫਰੋਮ ਹੈੱਡ ਟੂ ਫੁੱਟ ਸਾਡੇ ਕੋਲ ਜਿਹੜਾ ਮਰਜ਼ੀ ਪੇਸ਼ੈਂਟ ਆਵੇ ਅਸੀਂ ਟ੍ਰੀਟ ਕਰਦੇ ਹਾਂ। ਜਿਹੜਾ ਸਾਡੇ ਲੈਵਲ 'ਤੇ ਪੇਸ਼ੈਂਟ ਟ੍ਰੀਟ ਕਰਨ ਵਾਲਾ ਹੈ, ਸਪੋਜ਼ ਕੋਈ ਫੀਵਰ ਵਾਲਾ ਹੈ, ਕੋਵਿਡ ਵਾਲਾ ਹੈ, ਨਿਮੋਨੀਆ ਵਾਲਾ ਹੈ, ਟਾਈਫਾਇਡ ਵਾਲਾ ਹੈ, ਜੌਂਡਿਸ ਵਾਲਾ ਹੈ, COPD ਵਾਲਾ ਹੈ, ਹਾਈਪਰਟੈਂਸ਼ਨ ਵਾਲਾ ਹੈ, ਸਕਿਨ ਵਾਲਾ ਹੈ, ENT ਵਾਲਾ ਹੈ, ਆਰਥੋ ਵਗੈਰਾ ਹੈ, ਜਨਰਲ ਪ੍ਰੈਕਟੀਸ਼ਨਰ ਸਾਰੇ ਤਰ੍ਹਾਂ ਦਾ ਪੇਸ਼ੈਂਟ ਟ੍ਰੀਟ ਕਰਦੇ ਹਾਂ। ਉਹਦੇ ਵਿੱਚ ਰੀਜ਼ਨ ਕੀ ਹੁੰਦਾ, ਹਰ ਇੱਕ ਪੇਸ਼ੈਂਟ ਹਰ ਇੱਕ ਸਪੈਸ਼ਲਿਸਟ ਕੋਲ ਨਹੀਂ ਉਹਦੇ ਜਾ ਸਕਦਾ, ਪੈਸੇ ਨਹੀਂ ਅਫੋਰਡ ਕਰ ਸਕਦਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਔਰ ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ 'ਤੇ ਡਾਕਟਰ ਸਾਹਿਬ ਵਰਗੇ ਜਿਹੜੇ ਲੋਕਾਂ ਨੂੰ ਜ਼ਿੰਦਗੀ ਦੇ ਰਹੇ ਆ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਅਗਨੀ ਦੇ ਨਾਲ ਜਿਹੜਾ ਡਾਇਟ ਜਿਹੜਾ ਹੈਗਾ, ਇਹਨਾਂ ਨੇ ਸਿੰਪਲਸਿਟੀ ਦੇ ਵਿੱਚ ਲੋਕਾਂ ਨੂੰ ਦੱਸਿਆ ਪੁਰਾਣਾ ਅਗਨ ਜਿਹੜਾ ਅਗਨੀਕਰਨ ਜਿੱਦਾਂ ਕਹਿੰਦੇ ਹੁੰਦੇ ਸੀਗੇ, ਅੱਜ ਕੱਲ੍ਹ ਡਾਇਟ ਆ ਗਏ ਨੇ ਉਹਦੇ, ਔਰ ਲੇਜ਼ਰ ਡਾਇਟ ਆ ਗਏ ਨੇ, ਔਰ ਉਹਦੇ ਨਾਲ ਡਾਕਟਰ ਸਾਹਿਬ ਇੱਥੇ ਟ੍ਰੀਟਮੈਂਟ ਕਰ ਰਹੇ। ਡਾਕਟਰ ਸਾਹਿਬ, ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਕੋਈ ਪ੍ਰੋਬਲਮ ਨਹੀਂ, ਪੇਸ਼ੈਂਟ ਲੇਡੀ ਡਾਕਟਰ ਤੋਂ ਹੀ ਕਰਵਾਉਣਾ ਹੈ, ਲੇਡੀ ਡਾਕਟਰ ਨੂੰ ਐਗਜ਼ਾਮਿਨ ਕਰਦੇ ਹਾਂ, ਮੈਡਮ ਐਗਜ਼ਾਮਿਨ ਕਰਦੇ ਹੈ, ਮੈਡਮ ਹੀ ਪ੍ਰੋਸੀਜਰ ਕਰਦੇ ਹੈ, ਪ੍ਰੋਸੀਜਰ ਕਰਨ ਤੋਂ ਬਾਅਦ ਅਸੀਂ ਸਾਰਾ ਟੀਮ ਵਰਕ ਕੰਮ ਕਰਦੇ ਹਾਂ, ਟੀਮ ਵਰਕ ਕੰਮ ਕਰਦੇ ਹਾਂ, ਅਤੇ ਮੈਡਮ ਵੀ ਪ੍ਰੈਕਟੀਕਲੀ ਸਾਰਾ ਪ੍ਰੋਸੀਜਰ ਕਰਕੇ ਉਸ ਤੋਂ ਬਾਅਦ ਅਸੀਂ 2 ਘੰਟੇ ਬਾਅਦ ਪੇਸ਼ੈਂਟ ਡਿਸਚਾਰਜ ਕਰ ਦਿੰਦੇ ਹਾਂ। ਸਾਨੂੰ ਕੋਈ ਪ੍ਰੋਬਲਮ ਨਹੀਂ, ਪੇਸ਼ੈਂਟ ਲੇਡੀ ਡਾਕਟਰ ਤੋਂ ਕਰਾਵੇ, ਜੈਂਟਸ ਤੋਂ ਕਰਾਵੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਪੇਸ਼ੈਂਟ ਲਈ ਅਸੀਂ ਫੈਸਿਲਿਟੀ 24 ਆਵਰ ਦੇਣ ਤਿਆਰ। ਅਸਰ, ਕੀ ਕਹਿਣਾ ਚਾਹੋਗੇ ਕਿ ਲੇਡੀਜ਼ ਦੇ ਵਿੱਚ ਜਿੱਦਾਂ ਪ੍ਰੈਗਨੈਂਸੀ ਤੋਂ ਬਾਅਦ ਇਹ ਪ੍ਰੋਬਲਮ ਕਾਫੀ? ਹਾਂ, ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ। ਪ੍ਰੈਗਨੈਂਸੀ ਵਿੱਚ ਪੇਸ਼ੈਂਟ ਨੂੰ ਕੌਨਸਟੀਪੇਸ਼ਨ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕੌਨਸਟੀਪੇਸ਼ਨ ਲਗਾਤਾਰ ਰਹਿਣ ਨਾਲ ਇਹ ਬਵਾਸੀਰ ਹੋ ਜਾਂਦੀ ਹੈ। ਜੇ ਬਵਾਸੀਰ ਨੂੰ ਟਾਈਮ ਨਾਲ ਨਾ ਟ੍ਰੀਟ ਕੀਤਾ ਜਾਵੇ ਤਾਂ ਇਸ ਤੋਂ ਬਾਅਦ ਫਿਸ਼ਰ ਬਣ ਜਾਂਦਾ ਹੈ, ਫਿਰ ਪੇਸ਼ੈਂਟ ਆਉਂਦਾ, ਕੰਪਲੀਕੇਸ਼ਨ ਹੋ ਜਾਂਦੀ ਹੈ। ਮਤਲਬ ਅਸੀਂ ਸਮਝੀਏ, ਜਦੋਂ ਪੰਜੀਰੀ ਵਗੈਰਾ ਖਾਂਦੇ ਆ, ਦਵਾਈਆਂ ਉਹਨਾਂ 'ਚ ਹੁੰਦੀਆਂ, ਦਵਾਈਆਂ ਮਤਲਬ ਕਈ ਵਾਰੀ ਉਹ ਦਵਾਈਆਂ ਇੰਨੀਆਂ ਖੁਸ਼ਕ ਹੁੰਦੀਆਂ, ਦਵਾਈਆਂ ਬਹੁਤ ਗਰਮ ਹੁੰਦੀਆਂ ਜਿਹਦੇ ਨਾਲ ਬਲੀਡਿੰਗ ਹੋਣ ਲੱਗ ਜਾਂਦੀ ਹੈ, ਫਿਰ ਪੇਸ਼ੈਂਟ ਸਾਡੇ ਕੋਲ ਆਉਂਦਾ। ਦੇਖੋ, ਮੈਡੀਸਨ ਦੇ ਨਾਲ ਤਾਂ ਜਿਹੜੀਆਂ ਆਪਾਂ ਤੁਸੀਂ ਕਹਿ ਰਹੇ ਹਾਂ, ਕੁਐਸਚਨ ਪੁੱਛਿਆ ਵੀ ਪੰਜੀਰੀ ਖਾਂਦੇ ਆ, ਮੈਡੀਸਨ ਖਾਂਦੇ ਹੋ, ਉਹ ਸਾਰੇ ਉਹ ਦੇਸੀ ਮੈਡੀਸਨ ਹੁੰਦੀ ਆ। ਠੀਕ ਹੈ, ਪੇਸ਼ੈਂਟ ਜੇ ਤਾਂ ਖਾਵੇ ਨੋਮੀਨਲ ਕੁਆਂਟਿਟੀ ਵਿੱਚ, ਫਿਰ ਤਾਂ ਪ੍ਰੋਬਲਮ ਕਈ ਵਾਰੀ ਘੱਟ ਹੁੰਦੀ। ਐਕਚੁਅਲੀ ਜਿਹੜੀ ਪੰਜੀਰੀ ਖਾਣੀ, ਉਹ ਤਾਂ ਖਾਂਦੇ ਅਸੀਂ ਡਿਲੀਵਰੀ ਤੋਂ ਬਾਅਦ, ਜਿਹੜੀ ਉਹਨੂੰ ਪੇਸ਼ੈਂਟ ਨੂੰ ਫੀਮੇਲ ਪੇਸ਼ੈਂਟ ਨੂੰ ਡਿਊਰਿੰਗ ਪ੍ਰੈਗਨੈਂਸੀ ਸਟਾਰਟ ਹੁੰਦੀ ਹੈ, ਉਹ ਹੋਈ 4th-5th ਆਨਵਰਡ ਸਟਾਰਟ ਹੋਈਦੀ ਹੈ ਕਬਜ਼ੀ ਰਹਿਣੀ। ਜੇ ਤਾਂ ਪੇਸ਼ੈਂਟ ਆਪਣੇ ਗਾਇਨੀ ਡਾਕਟਰ ਤੋਂ ਕਬਜ਼ੀ ਦੀ ਦਵਾਈ ਬਰਾਬਰ ਲੈਂਦਾ ਰਹੇ, ਫਿਰ ਤਾਂ ਉਹ ਠੀਕ ਚੱਲਦੀ ਰਹਿੰਦੀ ਹੈ। ਜੇ ਉਹ ਪੇਸ਼ੈਂਟ ਕਬਜ਼ੀ ਦਵਾਈ ਬਰਾਬਰ ਆਪਦੇ ਡਾਕਟਰ ਤੋਂ ਗਾਇਨੀਆ ਤੋਂ ਨਹੀਂ ਲੈਂਦਾ, ਤਾਂ ਫਿਰ ਉਹਨੂੰ ਕਬਜ਼ੀ ਵੱਧ ਰਹਿੰਦੀ ਹੈ। ਫਿਰ ਪੇਸ਼ੈਂਟ ਟੋਇਲਟ ਜਾਣ ਤੋਂ ਇੰਨਾ ਕੁ ਪਰਹੇਜ਼ ਕਰਦਾ ਵੀ ਉਹ ਕਹਿੰਦਾ ਮੈਂ ਟੋਇਲਟ ਨਹੀਂ ਜਾਣਾ, ਮੇਰੇ ਪੇਨ ਬਹੁਤ ਜ਼ਿਆਦਾ ਹੋਏਗੀ। ਸਾਡੇ ਕੋਲ ਆਈ ਥਿੰਕ ਡੇਲੀ ਦੇ 5-7 ਲੇਡੀਜ਼ ਆਉਂਦੀਆਂ, ਜਿਹੜੀ ਕਿ 30 ਈਅਰ ਦੀਆਂ, ਕੋਈ 32 ਈਅਰ ਦੀਆਂ। ਡਾਕਟਰ ਸਾਹਿਬ, ਮੇਰੇ ਲੇਡੀਜ਼ ਦੀ ਡਿਲੀਵਰੀ ਹੋਈ ਸੀ 6 ਮਹੀਨੇ ਪਹਿਲਾਂ, 8 ਮਹੀਨੇ ਦਾ ਬੱਚਾ ਵਾ ਮੈਂ, ਉਸ ਤੋਂ ਬਾਅਦ ਮੇਰੀ ਲਾਈਫ ਬਿਲਕੁਲ ਮਿਜ਼ਰੇਬਲ ਹੋ ਗਈ ਹੈ ਵੀ ਮੈਂ ਤਾਂ ਬੈਠਣਾ ਵੀ ਬਹੁਤ ਜ਼ਿਆਦਾ ਔਖਾ ਵਾ, ਮੈਨੂੰ ਤਾਂ ਸਟੂਲ ਹੀ ਨਹੀਂ ਪਾਸ ਹੁੰਦੀ। ਬਸ ਜਦੋਂ ਸਟੂਲ ਪਾਸ ਹੁੰਦੀ ਮੈਂ ਤਾਂ ਸਾਰਾ ਦਿਨ ਗੋਲੀਆਂ ਖਾ ਕੇ ਜਾਂ ਰੋ ਕੇ ਟਾਈਮ ਪਾਸ ਕਰਦੀ ਹਾਂ। ਉਹਦੇ ਸਾਡਾ ਇੱਕੋ ਹੀ ਸੰਦੇਸ਼ ਹੈ ਫੀਮੇਲ ਪੇਸ਼ੈਂਟ ਨੂੰ, ਸਾਡੀ ਭੈਣਾਂ ਨੂੰ, ਵੀ ਜਿਹੜੇ ਪੇਸ਼ੈਂਟ ਨੂੰ ਡਿਲੀਵਰੀ ਹੋਣ ਵਾਲੀ ਹੈ ਉਹ ਆਪਣੀ ਲਾਈਫ ਸਟਾਈਲ ਬਦਲਣ, ਆਪਣੇ ਗਾਇਨੀਆਂ ਡਾਕਟਰ ਨੂੰ ਕੰਸਲਟ ਕਰਨ, ਕਬਜ਼ੀ ਹਟਾ ਕੇ ਰੱਖਣ, ਫਿਰ ਉਹਨੂੰ ਬਵਾਸੀਰ ਨਹੀਂ ਹੋਏਗੀ। ਮੈਂ ਤਾਂ ਆਪਣੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਪਾਣੀ ਪੀਵੋ, ਫਰੂਟ ਖਾਓ ਵੱਧ ਤੋਂ ਵੱਧ, ਸਲਾਦ ਖਾਓ ਵੱਧ ਤੋਂ ਵੱਧ, ਸੈਰ ਕਰੋ ਲੰਬੀ, ਤਾਂ ਕਿ ਤੁਹਾਨੂੰ ਕਬਜ਼ੀ ਨਾ ਰਹੇ। ਅਗਰ ਕਬਜ਼ੀ ਹੁੰਦੀ ਹੈ ਤਾਂ ਆਪਣੇ ਡਾਕਟਰ ਕੋਲ ਜਾ ਕੇ ਉਸੇ ਵਕਤ ਕਬਜ਼ੀ ਦੀ ਦਵਾਈ ਲਵੋ, ਲੇਕਿਨ ਜੇ ਫਿਰ ਵੀ ਨਹੀਂ ਕਬਜ਼ੀ ਠੀਕ ਹੁੰਦੀ ਤਾਂ ਡਿਲੀਵਰੀ ਤੋਂ ਬਾਅਦ ਜਦ ਮਰਜ਼ੀ ਸਾਡੇ ਕੋਲ ਦਰਸ਼ਨ। ਦੱਸੋ, ਕੀ ਕਹਿਣਾ ਚਾਹੋਗੇ ਕਿ ਜਿਹੜਾ ਇਹ ਤੁਹਾਡੇ ਕੋਲ ਸੇਵਾਵਾਂ ਜਿਹੜੀਆਂ ਵਿਦਿਆ ਜਿਹੜਾ ਬਵਾਸੀ ਸੈਂਟਰ ਦੇ ਰਿਹਾ, ਜਿਹਦੇ ਵਿੱਚ ਲੋਕ ਬੜਾ ਖੁਸ਼ੀ ਖੁਸ਼ੀ ਜਾਂਦੇ ਨੇ? ਸਾਡਾ ਜਿਹੜਾ ਸਟਾਫ ਹੈ ਜੀ ਬਿਲਕੁਲ ਐਜੂਕੇਟਡ ਸਟਾਫ ਹੈ, ਦੋਨੇ ਲੜਕੀਆਂ GNM ਹੈ, ਔਰ ਪੇਸ਼ੈਂਟ ਨਾਲ ਇਹਨਾਂ ਦੀ ਬਹੁਤ ਹੀ
पोलाइटनैस है, उन्होंने सर्विसिज इन्हों की बहुत अच्छी है और पेशेंट का होस्पिटैलिटी इन्हें बहुत अच्छी है। इन्हें पेशेंट को देख के कदे भी कोई इन्होंने सुकून नहीं आता भी सानू बहुत हार्डवर्क करना पैंदा। तो पेशेंट को असी जो ईवनिंग भी साढ़े को पेशेंट 4 बजे आ जाए तो भी असं ओपरेट करके सर्जरी करके या प्रोसीजर करके अभी 7 बजे तक डिस्चार्ज कर देने। कदे इन्होंने अपने नहीं शो किया डॉक्टर साहब मैनू जल्दी है या नहीं है। टीम वर्क तो बगैर कोई भी असी नहीं काम कर सकते।